ਨਾਲ ਜ਼ਕਾਤ ਨਾ ਉਹਦੇ ਹਵਾਲੇ ਦੀ। ਔਰ ਨਤੀਜਾ ਕੀ ਆ, ਰਿਸ਼ਵਤ। ਇਹਦੇ ਬਰਾਏ ਹੁਣ ਕਿਤਾਬ ਹੈ ਮੇਰੇ ਸਾਹਮਣੇ, ਇਹ ਲਾਓ ਸੁਣ। ਇਹ ਮੌਲਾਨਾ ਅਸ਼ਰਫ ਥਾਨਵੀ ਰਹਿਮਤੁੱਲਾਹ ਦੇ ਬੰਦੀ ਨੇ ਕਹਿ ਕੇ ਆਪਣੇ ਖਲੀਫਾ ਨੂੰ ਮੌਲਾਨਾ ਜ਼ਫਰ ਅਹਿਮਦ ਉਸਮਾਨੀ ਨੇ ਕਿਤਾਬ ਲਿਖਵਾਈ ਵੀ ਐਦ ਹਦੀਸ ਜਿਹੜੇ ਇਹਨਾਂ ਦਾ ਬੜਾ ਤਾਨ ਹੈ, ਵੀ ਹਨਫੀਆਂ ਦੇ ਮਸਲੇ ਮਨ ਕਰਦ, ਇਹ ਕੁਰਾਨ ਦੇ ਵੀ ਖਿਲਾਫ ਹਦੀਸਾਂ, ਤੁਸੀਂ ਬੇਟਾ ਇੱਕ ਕਿਤਾਬ ਲਿਖੋ ਜਿਹਦੇ ਸਾਬਤ ਕਰੋ ਵੀ ਸਾਡਾ ਇੱਕ ਮਸਲਾ ਵੀ ਨਹੀਂ ਜਿਹੜਾ ਕੁਰਾਨ ਹਦੀਸ ਅਰ ਸਾਹਬਾ ਤੋਂ ਸਾਬਤ ਹੈ। ਇਹ ਲਾਓ ਸੁਣ, ਚੜ੍ਹਦੇ ਲਹਿੰਦੇ ਜਿਹੜਾ ਚਰਚਾ ਹੋਇਆ, ਇੰਨੀਆਂ ਜਿਲਦਾਂ ਉਹਨਾਂ ਲਿਖੀਆਂ, ਇੱਕ ਇੱਕ ਮਸਲੇ ਨੂੰ ਲਿਆ, ਪਹਿਲਾਂ ਐਤਾਂ ਲਓ ਫਿਰ ਹਦੀਸਾਂ ਲਓ, ਉਹਨਾਂ 'ਤੇ ਬਹਿਸ ਕੀਤੀ ਔਰ ਨਾਲ ਸਾਹਬਾ ਦੇ ਫਤਵੇ ਵੀ ਸਾਡੀ ਫਿਕਾ ਦਾ ਕੋਈ ਮਸਲਾ ਨਹੀਂ ਜਿਹੜਾ ਇਹਦੇ ਖਿਲਾਫ ਹੋ। ਇਹ ਲਾਓ ਸੁਣਨ ਇਹਨੂੰ ਆਉਂਦੀ। ਇੱਥੇ ਫਿਰ ਰਾਵੀ ਲਿਖਦਾ ਵੀ ਰਿਸ਼ਵਤ ਜ਼ਿਆਦਾ ਜਿਸ ਦੌਰ ਸਾਨੂੰ ਕੰਮ ਦਿੱਤਾ ਨਾ, ਉਹ ਇਹ ਮੁਆਵਜ਼ੇ ਦਾ ਜ਼ਮਾਨਾ ਸੀ, ਉਦੋਂ ਰਿਸ਼ਵਤ ਬਹੁਤ ਚੱਲੀ, ਹੁਕਮਰਾਨ ਜਿਹੜੇ ਸੀ ਉਹਨਾਂ ਲੁੱਟਿਆ ਸਾਨੂੰ, ਔਰ ਉਸ ਵਿੱਚ ਸਾਡੇ ਕੋਲ ਹੋਰ ਕੋਈ ਸ਼ਹਿਰ ਨਹੀਂ ਸੀ ਸਿਵਾਏ ਰਿਸ਼ਵਤ ਦੇਣ ਦੀ, ਵੀ ਇਹ ਦੇ ਕੇ ਤਾਂ ਆਪਣੀ ਜਾਨ ਛੁੜਾਈਏ, ਵਰਨਾ ਬਚਾਓ ਦਾ ਕੋਈ ਸਾਮਾਨ ਨਹੀਂ। ਕਹਿੰਦੇ ਜ਼ਿਆਦ ਜਿਹੜਾ ਇਹਦੇ ਜ਼ਮਾਨੇ ਦੇ ਅੰਦਰ ਸਭ ਤੋਂ ਜ਼ਿਆਦਾ ਜਿਸ ਸ਼ਹਿਰ ਨੇ ਸਾਨੂੰ ਨਫ਼ਾ ਦਿੱਤਾ ਉਹ ਇਹੀ ਹੈ, ਬੇ ਰਿਸ਼ਵਤ ਚੱਲਦੀ ਸੀ, ਅਸੀਂ ਰਿਸ਼ਵਤ ਦੇਣੀ ਅਤੇ ਆਪਣੀ ਜਾਨ ਛੁੜਾ ਦੇਣੀ, ਵਰਨਾ ਹੋਰ ਕੋਈ ਤਰੀਕਾ ਨਹੀਂ ਸਿਰਿਆ। ਅੱਲਾਹੁ ਅਕਬਰ। ਕਾਲਾ ਜਾਬਿਰ ਇਬਨ ਜ਼ੈਦ ਮਾਰ ਆਇਆ ਨਾ ਫੀ ਜ਼ਮਨ ਜ਼ਿਆਦ ਅਨਫਾਲਨਾ ਮੈਂ ਰਿਸ਼ਾ, ਇਹ ਸਮਝੋ ਨਾ ਸਮਾਜ ਕਿ ਸਾਡੇ ਲਈ ਉਸ ਜ਼ਿਆਦ ਦੇ ਜ਼ਮਾਨੇ ਜਿਹੜਾ ਇਹ ਸਮੀਰੇ ਮਾਵਜ਼ੇ ਦਾ ਗਵਰਨਰ, ਇਹਦੇ ਨਾਲੋਂ ਜ਼ਿਆਦਾ ਨਫ਼ਾ ਬਖਸ਼ ਕੋਈ ਸ਼ਾਇਆ ਨਹੀਂ ਸੀ, ਰਿਸ਼ਵਤ ਦਿਓ ਆਪਣੇ ਹੱਕ ਫੈਸਲੇ ਕਰ ਲਓ। ਉਹਨਾਂ ਅੱਠ ਸਫ਼ੇ ਔਰ ਇਹਦੇ ਨਾਲ ਨਾਲ ਬੀਨ ਦੇ ਨਾਲ ਜੋ ਬਦਸਲੂਕੀਆਂ ਕੀਤੀਆਂ ਉਹਦੇ ਨਤੀਜੇ 'ਚ ਕਈ ਲੋਕ ਸਵਾਲ ਉਠਾਉਂਦੇ ਵੀ ਹੋਰ ਵੀ ਸਾਬਾ ਕਰਾਮ ਸੀ, ਚੁੱਪ ਰਹਿ। ਇਹ ਮੈਂ ਇਸੇ ਇਲਾਵਾ ਸੁਣਨ 'ਚੋਂ ਪੜ੍ਹਦਾ ਕਿ ਲੋਕਾਂ ਨੇ ਜੋ ਕੁਛ ਕੀਤਾ ਉਹ 'ਤੇ ਆਪਣਾ ਇਹਨਾਂ ਦਾ ਕੀ ਹਾਲ ਹੈ। ਫਰਮਾਉਂਦੇ ਬਿਆਨ ਤਾ ਵੀ ਲਾਹੂ ਬਿਤਕੀਆ ਲੈ ਸਾਹਿਬ ਮੁਸਤਬਤ ਵਲਾ ਰਕੀਕ ਵਲਾ ਫੀ ਅਸਬੀਆ, ਫਿਤਰ ਦਾ ਮਸਲਾ ਆਇਆ ਉਹ 'ਤੇ ਉਹਨਾਂ ਨੇ ਹਨਫੀ ਆਲਮ ਨੇ ਤਹਾਵੀ ਨੇ ਤਾਵੀਲ ਕੀਤੀ ਕਿ ਉਹਨਾਂ ਲੋਕਾਂ ਨੇ ਤਕੀਏ ਦੇ ਤੌਰ ਆਖ ਦਿੱਤਾ ਵਰਨਾ ਮੁਆਵਜ਼ਿਆਂ ਨੂੰ ਸੱਚਾ ਨਹੀਂ ਸੀ ਮੰਨਦੇ, ਤਾਂ ਦੂਸਰੇ ਨੇ ਕਿਹਾ ਕਿ ਨਹੀਂ ਇਹ ਤਾਵੀਲ ਤੁਹਾਡੀ ਗਲਤ ਹੈ, ਸਾਹਿਬਾਂ ਨੇ ਕਿਉਂ ਕਰਨਾ ਸੀ ਤਕੀਆ, ਤਾਂ ਆਉਂਦੇ ਫਮਰਦੂ ਦੰਦਾ, ਇਹ ਜਿਹੜਾ ਤੁਸੀਂ ਆਖਦੇ ਹੋ ਤਕੀਆ ਨਹੀਂ ਕੀਤਾ, ਬਿਲਕੁਲ ਤੁਹਾਡੀ ਗੱਲ ਗਲਤ ਹੈ, ਕਿਉਂਕਿ ਤਕੀਏ ਦੀ ਤਾਵੀਲ ਕੋਈ ਨਾ ਬਈਦ ਗੱਲ ਆ, ਨਾ ਇਹ ਗਲਤ ਆ, ਨਾ ਇਹਦੀ ਕੋਈ ਤਸਬ ਹੈ। ਫੈਨ ਤਕੀਆ ਦਾ ਬਿਲਮਾਨ ਅੱਲਾ ਦੀ ਇਰਾਦਾ ਤਹਾਵੀ, ਕਿ ਮਾਮੇ ਤਹਾਵੀ ਜਿਹੜਾ ਮਾਨਾ ਲੈਂਦੇ ਨਾ ਤਕੀਏ ਦਾ, ਕਿ ਜਦੋਂ ਬੇਬਸੀ ਹੋ ਜਾਏ ਤਾਂ ਫਿਰ ਚੁੱਪ ਰਹਿਣਾ ਪੈ ਜਾਂਦਾ, ਲੈਸਾ ਬਿਹਰਾਮ ਉਤਰ ਕਰ, ਇਹ ਹਰ ਹਾਲ 'ਚ ਹਰਾਮ ਨਹੀਂ ਹੈ, ਬਲ ਜਾਇਜ਼ ਤਨਫੀ ਬਾਦਲ ਹਵਾਲ, ਬਲਕਿ ਕਈ ਮੌਕਿਆਂ 'ਤੇ ਜਾਇਜ਼ ਹੈ। ਸਹੀ ਬੁਖਾਰੀ ਜੀ ਮਾਮਾ ਹਸਨ ਬਸਰੀ ਦਾ ਲਿਖਦੇ, ਅੱਤ ਤਕੀਆ ਜਾਇਜ਼ ਤਨ ਰਾਜਾ ਮਿਲ ਕੇ ਆਮ, ਮਾੜਿਆਂ ਬੰਦਿਆਂ ਦੀ ਕਿਆਮਤ ਤੱਕ ਇਹ ਬਾਕੀ ਆ, ਇਹ ਸਾਰੇ ਬਿਲਾਲ ਦੀ ਤਰ੍ਹਾਂ ਕੌਲਿਆਂ 'ਤੇ ਨਹੀਂ ਰੇੜ ਸਕੇ, ਇਸ ਤੋਂ ਜਾਨ ਬਚਾਉਣ ਲਈ ਕਿਸੇ ਵੇਲੇ ਕੋਈ ਚੁੱਪ ਕਰਨ ਦਾ ਉਹ ਵੀ ਕੋਈ ਨਹੀਂ, ਜਾਇਜ਼ ਆ ਔਰ ਕਿਆਮਤ ਤੱਕ। ਇਮਾਮੇ ਬੁਖਾਰੀ ਅਨਵਾਨ ਲਿਖਿਆ ਕਿ ਲੋਕ ਯਜ਼ੀਦ ਕੋ ਜਾਂਦੇ, ਹੋਰ ਹਾਕਮਾਂ ਕੋ ਜਾਂਦੇ, ਉਹਨਾਂ ਦੇ ਮੂੰਹ 'ਤੇ ਉਹਨਾਂ ਨੂੰ ਚੰਗਾ ਕਹਿੰਦੇ, ਬਾਹਰ ਆ ਕੇ ਬੁਰਾ ਕਹਿੰਦੇ। ਅਤੇ ਇਬਨ ਉਮਰ ਨੇ ਕਿਹਾ, ਯਾਰ ਇਹ ਕੰਮ ਜਿਹੜਾ ਸੀ ਅਸੀਂ ਰਸੂਲਾਂ ਦੇ ਜ਼ਮਾਨੇ 'ਚ ਇਹਨੂੰ ਮੁਨਾਫਕਤ ਆਉਂਦੇ ਸੀ, ਮਗਰ ਹੁਣ ਤੁਹਾਡੀ ਬੇਬਸੀ ਹੋ ਗਈ ਵੀ ਤੁਸੀਂ ਮੂੰਹਾਂ 'ਤੇ ਤਾਰੀਫ ਕਰਦੇ, ਹਾਲਾਂਕਿ ਕਹਿੰਦੇ ਤਾਂ ਬਸੀਂ ਜਾਣਨੇ ਵੀ ਜ਼ੁਲਮ, ਮਗਰ ਕੀ ਕਰੀ ਉਹਨਾਂ ਦੇ ਮੂੰਹ 'ਤੇ ਤਾਰੀਫ ਕਰਦੇ। ਅਵਲਮ ਯਾਲਮ ਹਾਦਲ ਮੋਤਰ ਬਿਆਨ ਨਬਨ ਅੱਬਾਸ ਮੈਨ ਖਵਾਸ ਅਸਾਬ ਅਲੀ ਰਜ਼ੀ ਅੱਲਾਹ ਮਿਨ ਅੱਲਜ਼ੀਨ ਕਾਨੂੰ ਯੁਨਕਿਰੂਨ ਅਲਾ ਮੁਆਵਿਯਾ ਰਜ਼ੀ ਅੱਲਾਹ ਅਸ਼ਦ ਅਲ-ਇਨਕਾਰ ਵਾ ਯੁਬਗ਼ਿਜ਼ੂਨਾ ਵਾ ਯੁਕਾਤਿਲੂਨਾ ਫੀ ਹੱਕ ਹਯਾਤ ਅਲੀ। ਉਹ ਆਉਂਦੇ ਇਤਰਾਜ਼ ਕਰਨ ਵਾਲਾ ਜਿਹੜਾ, ਇਹਨੂੰ ਪਤਾ ਨਹੀਂ ਕਿ ਇਬਨ ਅੱਬਾਸ ਜਿਹੜੇ ਆ ਇਹ ਹਜ਼ਰਤ ਅਲੀ ਰਜ਼ੀ ਦੇ ਖਾਸ ਸਾਥੀਆਂ 'ਚੋਂ ਸੀ, ਔਰ ਇਹ ਉਹ ਲੋਕ ਸੀ ਜਿਹੜੇ ਹਜ਼ਰਤ ਮੁਆਵਿਯਾ 'ਤੇ ਸਖ਼ਤ ਇਤਰਾਜ਼ ਕਰਦੇ ਸੀ, ਉਹਨਾਂ ਨਾਲ ਨਾਰਾਜ਼ ਸੀ ਔਰ ਹਜ਼ਰਤ ਅਲੀ ਦੇ ਹੱਕ 'ਚ ਉਹਨਾਂ ਨਾਲ ਜੰਗਾਂ ਲੜਦੇ ਰਹੇ। ਸੁਮ ਬਾਯਾਹੂ ਬਾਅਦ ਤਕੀਆ ਤਨ ਗਾਲਿਬਨ, ਬਾਅਦ ਝਗੜਿਆਂ ਨੇ ਬੈਤ ਕੀਤੀ ਹੈ, ਕਿਸੇ ਖੁਸ਼ ਦਿਲੀ ਨਾਲ ਨਹੀਂ ਕੀਤੀ, ਬੇਬਸੀ ਪਰੋਂ ਮਜਬੂਰ ਹੋ ਕੇ ਤਕੀਏ ਦੇ ਤੌਰ ਕੀਤੀ ਹੈ। ਵਰਜ਼ਾਮ ਬੇ ਨਾਦਰਨ, ਵਿਰਲਾ ਕੋਈ ਸੀ ਜਿਹੜਾ ਦਿਲੋਂ ਰਾਜ਼ੀ ਸੀ, ਵਰਨਾ ਸਭ ਬੇਬਸ। ਵਕਜ਼ਾ ਬਾ ਜੋ ਇਬਨ ਯਜ਼ੀਦ ਮਿਮ ਬਾਦ ਇਕਜ਼ਾਰਿਕ, ਔਰ ਇਸੇ ਤਰ੍ਹਾਂ ਉਹਦੇ ਬੇਟੇ ਯਜ਼ੀਦ ਦੀ ਵੀ ਜਿਹਨਾਂ ਬੈਤ ਕੀਤੀ, ਕਿਸੇ ਖੁਸ਼ ਦਿਲੀ ਨਾਲ ਨਹੀਂ ਕੀਤੀ, ਉਮਰ ਦੇ ਸਿਰ 'ਤੇ ਤਲਵਾਰ ਸੀ ਉਸ ਵੇ। ਅੱਲਾਹ ਉਮਦਾ ਤਾਵੀਲ ਕੌਲ ਇਬਨ ਬਾਸ ਜਮਾਬ ਵੱਲੋਂ ਬਿਓਲਾ, ਤਹਾਵੀ ਨਾਲੋਂ ਸਾਡੀ ਤਾਵੀਲ ਬਿਹਤਰ ਹੈ। ਇਹ ਮੈਂ ਤਕੀਆ ਤਕੀਆ ਜਿਹੜਾ ਰੌਲਾ ਪਾਉਂਦੇ ਨੇ ਉਹ ਵੀ ਪੜ੍ਹ ਦਿੱਤਾ, ਇਹ ਜਿਲਦ ਸਮਝੋ 5ਵੀਂ ਹੈ ਔਰ ਉਹਦਾ ਸਫ਼ਾ 6ਵੀਂ 33।